ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਲੋਪੋ ਵਿਖੇ ਸੇਵਾਦਾਰ ਐਂਡ ਸਪੋਰਟਸ ਕਲੱਬ ਵੱਲੋਂ ਤੀਆਂ ਤਿਆਣੀਆਂ ਲਈ ਤੀਆਂ ਦਾ ਮੇਲਾ ਕਰਵਾਇਆ ਗਿਆ। ਕੁੜੀਆਂ ਵਿੱਚ ਖੁਸ਼ੀ ਦੀ ਇੰਨੀ ਵੱਡੀ ਲਹਿਰ ਸੀ ਕਿ ਬੋਲੀਆਂ ਗਿੱਧਾ ਤੀਜੇ ਪਿੰਡ ਸੁਣਾ ਹੀ ਦਿੰਦਾ ਸੀ। ਕਲੱਬ ਮੈਂਬਰਾਂ ਵੱਲੋਂ ਪੁਰਾਤਨ ਗਿੱਧਾ ਬੋਲੀਆਂ ਅਤੇ ਲੜਕੇ ਨੂੰ ਸਿਖਲਾਈ ਦੇ ਕੇ ਸਾਡੇ ਵੱਡਿਆਂ ਵੱਲੋਂ ਚਲਾਈ ਗਿੱਧਾ ਬੋਲੀਆਂ ਕਲਾ ਨੂੰ ਦੁਬਾਰ ਤੋਂ ਪ੍ਰਫੁੱਲਿਤ ਕਰਨ ਵਾਲੇ ਅਤੇ ਥੋੜ੍ਹੇ ਸਮੇਂ ਵਿੱਚ ਵੱਡਾ ਲਾਮਾ ਕੱਟਣ ਵਾਲੇ ਪਾਲ ਸਿੰਘ ਸਮਾਗਮ ਨੂੰ ਵੀ ਵਿਸ਼ੇਸ਼ ਤੌਰ 'ਤੇ ਸੱਦਿਆ ਗਿਆ, ਜਿਨ੍ਹਾਂ ਜਿੱਥੇ ਲੜਕੇ ਨੂੰ ਸੰਬੋਧਨ ਕੀਤਾ ਕਿ ਜੇਕਰ ਸਾਡੀ ਇੱਕ ਬੱਚੀ ਜਿਨ੍ਹਾਂ ਲੜਕੇ ਨੂੰ ਜਿੱਥੇ ਸੰਬੋਧਨ ਕੀਤਾ ਕਿ ਜੇਕਰ ਸਾਡੀ ਇੱਕ ਬੱਚੀ ਚੰਗਾ ਕਰਦੀ ਹੈ ਤਾਂ 100 ਲੜਕੀਆਂ ਲਈ ਦਰਵਾਜ਼ੇ ਖੁੱਲ੍ਹ ਜਾਂਦੀ ਹੈ, ਪਰ ਜੇਕਰ ਇੱਕ ਲੜਕੀ ਗਲਤੀ ਕਰਦੀ ਹੈ ਤਾਂ 100 ਲੜਕੀਆਂ ਦੀ ਤਰੱਕੀ ਦੇ ਦਰਵਾਜ਼ੇ ਬੰਦ ਕਰ ਜਾਂਦੀ ਹੈ। ਉਹਨਾਂ ਬੱਚੀਆਂ ਭੈਣਾਂ ਨੂੰ ਇਹ ਅਪੀਲ ਕੀਤੀ ਕਿ ਅਜਿਹਾ ਕੰਮ ਕਰੋ ਜਿਸ ਨਾਲ ਸਾਡੇ ਮਾਂ ਬਾਪ ਦਾ ਨਾਮ ਰੌਸ਼ਨ ਹੋਵੇ, ਅਤੇ ਫਿਰ ਉਹਨਾਂ ਧੀਆਂ ਵਿੱਚ ਖੁਦ ਉਤਰ ਕੇ ਅਜਿਹੀਆਂ ਬੋਲੀਆਂ ਪਾਈਆਂ ਕਿ 70 ਸਾਲਾਂ ਦੀਆਂ ਬੇਬੇ ਵੀ ਗਿੱਧਾ ਪਾਉਣ ਲਈ ਮਜਬੂਰ ਹੋ ਗਈਆਂ। ਲੜਕੀਆਂ ਵਿੱਚ ਇੰਨੀ ਖੁਸ਼ੀ ਸੀ ਕਿ ਸਾਂਭੀ ਨਹੀਂ ਜਾ ਰਹੀ ਸੀ। ਇਸ ਵਿੱਚ ਸ਼ਾਮਲ ਜਸਪ੍ਰੀਤ ਕੌਰ, ਮਾਤਾ ਸ਼ਿੰਦਰ ਕੌਰ ਅਮਰੀਕਾ, ਵੀਰਪਾਲ ਕੌਰ ਅੰਮ੍ਰਿਤਸਰ ਅਤੇ ਪਰਮਿੰਦਰ ਕੌਰ ਨੇ ਕਿਹਾ ਕਿ ਸਾਨੂੰ ਤੀਆਂ ਵਿੱਚ ਆ ਕੇ ਬਹੁਤ ਖੁਸ਼ੀ ਹੋਈ ਹੈ। ਮਾਪਿਆਂ ਨੂੰ ਵੀ ਹਰ ਲੜਕੀ ਜੋ ਅੱਗੇ ਵਧਣਾ ਚਾਹੁੰਦੀ ਹੈ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ, ਅਤੇ ਉਹਨਾਂ ਕਿਹਾ ਕਿ ਹਰ ਸਾਲ 15 ਦਿਨ ਤੀਆਂ ਦੇ ਆਪਣੇ ਭਰਾਵਾਂ ਨੂੰ ਭੈਣਾਂ ਦੀ ਖੁਸ਼ੀ ਲਈ ਜ਼ਰੂਰ ਦੇਣੇ ਚਾਹੀਦੇ ਨੇ। ਮਾਤਾ ਸ਼ਿੰਦਰ ਕੌਰ USA ਨੇ ਕਿਹਾ ਕਿ ਇਹਨਾਂ ਤੀਆਂ ਨੂੰ ਦੇਖ ਕੇ ਪੁਰਾਣੇ ਸਮੇਂ ਦੀ ਯਾਦ ਆ ਗਈ, DJ ਤੋਂ ਉੱਪਰ ਉੱਠ ਕੇ ਕੁੜੀਆਂ ਆਪ ਬੋਲੀਆਂ ਪਾ ਰਹੀਆਂ ਨੇ, ਜੋ ਵਧੀਆ ਗੱਲ ਹੈ। ਉਹਨਾਂ ਕਿਹਾ ਕਿ ਉਹ ਕੋਸ਼ਿਸ਼ ਕਰਦੇ ਨੇ ਕਿ ਹਰ ਸਾਲ ਤੀਆਂ ਵਿੱਚ ਪੰਜਾਬ ਆ ਕੇ ਆਪਣੀਆਂ ਤੀਆਂ ਨੂੰਹਾਂ ਨਾਲ ਖੁਸ਼ੀ ਮਨਾਉਣ, ਅਤੇ ਤੀਆਂ ਵੱਲੋਂ ਪਾਲ ਸਿੰਘ ਸਮਾਓ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਖਤਮ ਹੋ ਰਹੇ ਸੱਭਿਆਚਾਰ ਵਿੱਚ ਦੁਬਾਰਾ ਜਾਨ ਪਾ ਕੇ ਲੜਕੇ ਨੂੰ ਅੱਗੇ ਲਿਆਂਦਾ। ਇਸ ਮੌਕੇ ਕਲੱਬ ਆਗੂ ਗੁਰਦੇਵ ਸਿੰਘ ਤੇਜਾ ਪੰਚ, ਗੁਰਦੀਪ ਸਿੰਘ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਨੇ ਪਹੁੰਚੇ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਅਤੇ ਪਾਲ ਸਿੰਘ ਸਮਾਓ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਪਾਲ ਸਿੰਘ ਸਮਾਓ ਨੂੰ ਸਨਮਾਨਿਤ ਕਰਨ ਲਈ ਉਹਨਾਂ ਨਾਲ ਜਗਰਾਜ ਸਿੰਘ ਰਾਜਾ ਨੰਬਰਦਾਰ, ਇੰਦਰਜੀਤ ਸਿੰਘ ਲੋਪੋ ਪੰਚ, ਰਵੀ ਲੋਪੋ ਪੰਚ, ਅਮਰਜੀਤ ਸਿੰਘ ਅਮਰਾ ਸੀਨੀਅਰ, ਕਾਂਗਰਸੀ ਆਗੂ ਆਤਮਾ ਸਿੰਘ ਦਿਲਵਾਗ ਬਾਂਗਾ, ਜਸਵੀਰ ਸਿੰਘ, ਦਰਸ਼ਨ ਸਿੰਘ ਵੱਲੋਂ ਪਾਲ ਸਿੰਘ ਸਮਾਓ ਚੇਅਰਮੈਨ ਬਾਬਾ ਸ਼੍ਰੀ ਚੰਦ ਕਲਚਰ ਐਂਡ ਵੈਲਫੇਅਰ ਸੁਸਾਇਟੀ ਸਮਾਓ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਜਸਪਾਲ ਕੌਰ, ਕੁਲਦੀਪ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਪਰਮਜੀਤ ਕੌਰ, ਪਵਨ ਕੌਰ, ਕੁਲਜੀਤ ਕੌਰ, ਕਿਰਨਦੀਪ ਕੌਰ, ਹਰਬੰਸ ਕੌਰ, ਗੁਰਪ੍ਰੀਤ ਕੌਰ, ਪਰਮਿੰਦਰ ਕੌਰ, ਸਰਨਜੀਤ ਕੌਰ, ਭਜਨ ਕੌਰ, ਗੁਰਮੀਤ ਕੌਰ, ਸਾਬਕਾ ਮੈਂਬਰ ਬਲਾਕ ਸਮਤੀ ਮੀਨੀਆ, ਹਰਦੀਪ ਕੌਰ ਪੰਚ, ਬਿੰਦਰ ਕੌਰ, ਸੁਰਜੀਤ ਕੌਰ ਕੋਠੇ ਰੋਹੀ, ਰੇਸ਼ਮਾ ਸਾਈਪ੍ਰੈਸ, ਸੁਖਜੀਤ ਕੌਰ ਰਾਏਕੋਟ, ਵੀਰਪਾਲ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਔਰਤਾਂ ਹਾਜ਼ਰ ਸਨ। ਲੱਗਦਾ ਸੀ ਵੀ ਮੈਂ ਆਪਣੇ ਪਿੰਡ ਸੰਭਾਉਣ ਦੇ ਵਿੱਚ ਹੀ ਫਿਰਦਾ, ਬੇਟੀਆਂ ਦੇ ਵਿੱਚ, ਲੜਕੀਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਸੀ, ਚਾਅ ਸੀ ਉਹਨਾਂ ਦੇ ਅੰਦਰ, ਅਤੇ ਇੰਨਾ ਕੁ ਜ਼ਿਆਦਾ ਉਹਨਾਂ ਦੇ ਅੰਦਰੋਂ ਚਾਅ ਸੀ ਜਿਹੜਾ ਉਹਨਾਂ ਦੇ ਅੰਦਰ ਲੱਗਦਾ ਸੀ, ਜਿਹੜਾ ਉਹ ਬਹੁਤ ਉਭਰ ਉਭਰ ਕੇ ਸਾਹਮਣੇ ਆ ਰਿਹਾ ਸੀ। ਸੋ ਬੇਟੀਆਂ ਬਹੁਤ ਜ਼ਿਆਦਾ ਖੁਸ਼ ਸੀ, ਪੂਰੀ ਵੱਡੀ ਤਾਦਾਦ ਦੇ ਵਿੱਚ, ਮੈਨੂੰ ਲੱਗਦਾ ਲਗਭਗ ਸਾਰੇ ਪਿੰਡ ਦੀ ਨਹੀਂ, ਨੇੜੇ ਤੇੜੇ ਦੀਆਂ ਲੜਕੀਆਂ ਵੀ ਇੱਥੇ ਆਈਆਂ ਹੋਈਆਂ ਨੇ, ਅਤੇ ਤੁਸੀਂ ਦੇਖ ਸਕਦੇ ਹੋ ਬਹੁਤ ਭਾਰੀ ਗਿਣਤੀ ਦੇ ਵਿੱਚ ਇੱਥੇ ਲੜਕੀਆਂ ਆਈਆਂ ਨੇ। ਤਾਂ ਇਸ ਤੀਆਂ ਨੇ ਮੈਨੂੰ ਲੱਗਦਾ ਇਸ ਇਲਾਕੇ ਨੂੰ ਇਹ ਮੈਸੇਜ ਦਿੱਤਾ ਵੀ ਹੁਣ ਜਿਹੜੀਆਂ ਆਪਾਂ ਤੀਆਂ ਨੇਗੀਆਂ ਇਸ ਤੋਂ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਭਰਨਗੀਆਂ, ਅਤੇ ਇੱਥੇ ਤੱਕ ਕਿ ਬਹੁਤ ਬਜ਼ੁਰਗ ਮਾਤਾਵਾਂ ਜਿਨ੍ਹਾਂ ਤੋਂ ਮੈਨੂੰ ਲੱਗਦਾ ਤੁਰਿਆ ਵੀ ਨਹੀਂ ਜਾਂਦਾ ਸੀ, ਅੱਜ ਉਹ ਵੀ ਮੈਂ ਗਿੱਧੇ ਦੇ ਵਿੱਚ ਬੋਲੀਆਂ ਪਾਉਂਦੀਆਂ ਅਤੇ
ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੀਗੇ ਹਾਵ ਭਾਵ ਉਹਨਾਂ ਦੇ ਮੈਂ ਦੇਖੇ, ਬਹੁਤ ਜ਼ਿਆਦਾ ਅੱਛਾ ਲੱਗਿਆ ਬੱਚਿਆਂ ਵਿੱਚ, ਬਹੁਤ ਜ਼ਿਆਦਾ ਉਤਸ਼ਾਹ ਗਾ। ਸੋ ਇਹੀ ਸਾਡਾ ਪੁਰਾਣਾ ਪੰਜਾਬ ਹੈ, ਇਹੀ ਸਾਡਾ ਕਲਚਰ ਹੈ, ਅਤੇ ਉਮੀਦ ਕਰਦਾ ਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਬਹੁਤ ਵੱਡੇ ਪੱਧਰ 'ਤੇ ਜਾਣਗੀਆਂ। ਸਰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਲੋਕਾਂ ਨੂੰ? ਲੋਕਾਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦਾ ਗਾ ਵੀ ਜਿਵੇਂ ਦੇਖੋ ਤੁਸੀਂ ਅੱਜ ਇਹਨਾਂ ਕੁੜੀਆਂ ਦੇ ਚਿਹਰੇ ਪੜ੍ਹ ਸਕਦੇ ਹੋ, ਇਹਨਾਂ ਕੁੜੀਆਂ ਦੇ ਚਿਹਰੇ ਦੇਖ ਸਕਦੇ ਹੋ, ਕਿੰਨਾ ਚਾਅ, ਕਿੰਨੀ ਖੁਸ਼ੀ ਹੈ। ਮੈਨੂੰ ਲੱਗਦਾ ਜਿੰਨੀਆਂ ਦੁਆਵਾਂ ਅੱਜ ਇਹ ਪਿੰਡ ਦੇ ਮੁੰਡਿਆਂ ਨੂੰ, ਪਿੰਡ ਦੇ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਉੱਦਮ ਕੀਤਾ ਗਾ, ਉਹਨਾਂ ਨੂੰ ਮੈਨੂੰ ਲੱਗਦਾ ਜਿੰਨੀਆਂ ਦੁਆਵਾਂ ਇਹ ਸਾਰੀਆਂ ਸੈਂਕੜੇ ਦੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਲੜਕੀਆਂ ਦੇ ਨੇ, ਇੱਦੋਂ ਵੱਡੀ ਦੁਆ ਕੀ ਹੋ ਸਕਦੀ ਹੈ? ਸਭ ਤੋਂ ਵੱਡਾ ਧਰਮ ਹੈ। ਅਤੇ ਮੈਂ ਤਾਂ ਇਹੀ ਕਹਾਂਗਾ ਪਿੰਡ ਪਿੰਡ ਜਿੰਨੇ ਵੀ ਸਮਾਧੀਆਂ ਰਾਹੀਂ ਦੇਖ ਰਹੇ ਨੇ ਵੀ ਸਾਰੇ ਤੁਸੀਂ ਉਪਰਾਲਾ ਕਰੋ ਪਿੰਡਾਂ ਦੇ ਵਿੱਚ ਇਹਨਾਂ ਬੱਚੀਆਂ ਦੇ ਲਈ, ਖੁੱਲ੍ਹੀਆਂ ਜਗ੍ਹਾ ਦੇ ਉੱਤੇ ਇਹਨਾਂ ਦੇ ਚਾਅ, ਲਾਡ, ਇਹਨਾਂ ਦੇ ਆਪਸੀ ਭਾਈਚਾਰਕ ਸਾਂਝ, ਇਹਨਾਂ ਬੱਚੀਆਂ ਦੇ ਚਾਅ, ਇਹਨਾਂ ਦੇ ਤਿਉਹਾਰ ਨੂੰ ਜਿੱਦਾਂ ਅਸੀਂ ਬਾਕੀ ਤਿਉਹਾਰਾਂ ਨੂੰ ਬਹੁਤ ਜ਼ੋਰ ਸ਼ੋਰ ਨਾਲ ਮਨਾਉਂਦੇ ਹਾਂ, ਅਸੀਂ ਗੇਮਾਂ ਵੀ ਕਬੱਡੀ ਟੂਰਨਾਮੈਂਟ ਵੀ ਕਰਾਉਂਦੇ ਹਾਂ, ਤਾਂ ਇਹਨਾਂ ਧੀਆਂ ਦੇ ਲਈ ਇਹ ਜਿਹੜੇ ਮੇਲੇ ਨੇ, ਰਵਾਇਤੀ ਮੇਲੇ ਨੇ, ਇਹ ਵੱਧ ਤੋਂ ਵੱਧ ਕਰਾਉਣੀ। ਅੱਜ ਦੇ ਜ਼ਮਾਨੇ ਦੇ ਵਿੱਚ ਡਿਪਰੈਸ਼ਨ 'ਚ ਅਸੀਂ ਬਹੁਤ ਸਾਰੇ ਚਿੰਤਾ ਦੇ ਵਿੱਚ ਰਹਿੰਦੇ ਹਾਂ, ਇਹ ਇੱਕੋ ਇੱਕ ਮੇਲੇ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਅਸੀਂ ਇੱਥੇ ਆ ਕੇ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਕਰਦੇ ਹਾਂ, ਅਤੇ ਸਾਰੀਆਂ ਮਨ ਦੀਆਂ ਜਿਹੜੀਆਂ ਟੈਨਸ਼ਨਾਂ ਨੇ ਉਹ ਵੀ ਦੂਰ ਹੁੰਦੀਆਂ ਨੇ, ਸਾਡੇ ਸਰੀਰਕ ਜਿਹੜੀ ਕਸਰਤ ਸਾਡੀ ਉਹ ਵੀ ਚੱਲਦੀ ਆ, ਅਨੇਕਾਂ ਬਿਮਾਰੀਆਂ ਤੋਂ ਵੀ ਅਸੀਂ ਜਿਹੜੇ ਹੈਗੇ ਮੁਕਤ ਹੁੰਦੇ ਹਾਂ। ਸੋ ਇਹੋ ਜਿਹੇ ਮੇਲੇ ਤੁਹਾਨੂੰ ਸਾਰਿਆਂ ਨੂੰ ਕਰਾਉਣੇ ਚਾਹੀਦੇ ਨੇ, ਅਤੇ ਮੈਂ ਤਾਂ ਇਹੀ ਸੰਦੇਸ਼ ਦੇਵਾਂਗਾ ਕਿ ਹਰ ਇੱਕ ਬੱਚੇ ਨੂੰ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਅਤੇ ਆਪਣੇ ਜਿਹੜੇ ਅੰਦਰਲੇ ਚਾਅ ਨੇ ਉਹਨੂੰ ਬਾਹਰ ਕੱਢਣ ਦਾ ਸਾਨੂੰ ਮੌਕਾ ਦੇਣਾ ਚਾਹੀਦਾ। ਧੰਨਵਾਦ। ਹਾਂਜੀ ਭੈਣੇ, ਅੱਜ ਇੱਥੇ ਲੋਕੋ ਆਪਣੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਪਾਲ ਸਿੰਘ ਜੀ ਸਮਾਓ ਆਏ ਸੀ, ਕਿੱਦਾਂ ਦੇ ਪ੍ਰੋਗਰਾਮ ਲੱਗੇ ਤੁਹਾਨੂੰ, ਕਿੱਦਾਂ ਇਹ ਪ੍ਰੋਗਰਾਮ ਹੋਏ? ਸਾਡੇ ਲੋਕੋ ਵਿੱਚ ਅੱਜ ਤੀਆਂ ਦਾ ਤਿਉਹਾਰ ਮਨਾਇਆ ਗਿਆ, ਜਿਹੜਾ ਕਿ ਬਹੁਤ ਹੀ ਸੰਗਾਲਾ ਯੁੱਗ ਕਦਮ ਹੈ। ਇਹੋ ਜਿਹੇ ਪ੍ਰੋਗਰਾਮ ਹਰ ਇੱਕ ਪਿੰਡ ਵਿੱਚ ਹੋਣੇ ਚਾਹੀਦੇ ਆ, ਕਿਉਂਕਿ ਬਹੁਤ ਸਮਾਂ ਪਹਿਲਾਂ ਪਿੰਡਾਂ ਦੇ ਵਿੱਚ ਤੀਆਂ ਲੱਗਦੀਆਂ ਸੀ, ਕੁੜੀਆਂ ਧੀਆਂ ਭੈਣਾਂ ਆਪਦੇ ਹਾਵ ਭਾਵ ਨੂੰ ਸਾਂਝਾ ਕਰਦੀਆਂ ਸੀ, ਦੁੱਖ ਸੁੱਖ ਸਾਂਝਾ ਹੁੰਦਾ ਸੀ। ਕੁਛ ਸਮਾਂ ਸੀਗਾ ਜਿਹੜਾ ਤੀਆਂ ਵਿੱਚੋਂ ਹਟ ਗਈਆਂ ਸੀ, ਹੁਣ ਤਕਰੀਬਨ ਦੁਬਾਰਾ ਫਿਰ ਤੀਆਂ ਦਾ ਜਿਹੜਾ ਤਿਉਹਾਰ ਹੈ ਇਹ ਸ਼ੁਰੂ ਕੀਤਾ ਗਿਆ, ਇਹ ਹੋਣਾ ਚਾਹੀਦਾ। ਅੱਜ ਸਾਡੇ ਪਿੰਡ ਪਾਲ ਸਿੰਘ ਸਮਾਓ ਜੀ ਆਏ ਸੀ, ਜਿਨ੍ਹਾਂ ਨੇ ਪਿੰਡ ਦੀਆਂ ਧੀਆਂ ਭੈਣਾਂ ਨੂੰ, ਮਾਤਾ ਬਜ਼ੁਰਗ ਮਾਤਾ ਆਈਆਂ, ਉਹਨਾਂ ਨੂੰ ਗਿੱਧਾ ਸਿਖਾਇਆ, ਸਾਨੂੰ ਬਹੁਤ ਵਧੀਆ ਲੱਗਿਆ। ਮੈਂ ਪਰਸਨਲ ਤੌਰ 'ਤੇ ਦੱਸ ਰਹੀ ਹਾਂ ਕਿ ਇਹੋ ਜਿਹਾ ਉਹ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ, ਅਸੀਂ ਸਾਰੇ ਪਿੰਡ ਦਾ ਸਹਿਯੋਗ ਮੰਗਦੇ ਹਾਂ। ਅਤੇ ਇਹ ਪ੍ਰੋਗਰਾਮ ਹਰ ਸਾਲ ਹੈ, ਜਿਸ ਤਰ੍ਹਾਂ ਹੁਣ 4 ਦਿਨ ਹੈ ਅਤੇ 15 ਦਿਨ ਜਿਵੇਂ ਤੀਆਂ ਦਾ ਦਿਨ 15 ਦਿਨ ਹੁੰਦੇ ਆ, 15 ਦੇ 15 ਦਿਨ ਸਾਨੂੰ ਹੱਸਣ ਖੇਡਣ ਨੂੰ ਮਿਲਣਗੇ। ਪਾਲ ਸਿੰਘ ਸਮਾਓ ਆਏ ਸੀ, ਕਿੱਦਾਂ ਦਾ ਪ੍ਰੋਗਰਾਮ ਲੱਗਿਆ ਤੁਹਾਨੂੰ? ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਸਾਡੇ ਪਿੰਡ 'ਚ ਵੀ ਸਾਡੀਆਂ ਨਾਲ ਦੀਆਂ ਮੇਰੀਆਂ ਭੈਣਾਂ ਨੂੰ, ਸਾਡੀਆਂ ਮਾਮਾਂ ਨੂੰ ਵਧੀਆ ਵਧੀਆ ਸਾਨੂੰ ਉਹਨਾਂ ਤੋਂ ਗੱਲਾਂ ਸਿੱਖਣ ਨੂੰ ਮਿਲੀਆਂ, ਅਤੇ ਸਾਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਕਦੇ ਵੀ ਇਹੋ ਜਿਹਾ ਮੌਕਾ ਨਹੀਂ ਮਿਲਦਾ ਅੱਜ ਦੇ ਟਾਈਮ 'ਚ ਵੀ ਅਸੀਂ ਕਦੇ ਇਕੱਠੇ ਹੋ ਕੇ ਬੈਠੀਏ, ਕਿਸੇ ਕੋਲ ਵੀ ਇੰਨਾ ਟਾਈਮ ਨਹੀਂ, ਪਰ ਇੱਕ ਤੀਆਂ ਦੇ ਤਿਉਹਾਰ ਕਰਕੇ ਅਸੀਂ ਸਾਰੇ ਇਕੱਠੇ ਹੋਏ ਹਾਂ, ਅਤੇ ਸਾਨੂੰ ਇਹ ਖੁਸ਼ੀ ਸਾਰੀ ਜ਼ਿੰਦਗੀ ਯਾਦ ਰਹੇਗੀ, ਅਤੇ ਅਸੀਂ ਆਸ ਕਰਦੇ ਹਾਂ ਕਿ ਸਾਰੇ ਪਿੰਡਾਂ ਵਿੱਚ ਇਹ ਤਿਉਹਾਰ ਇੱਦਾਂ ਹੀ ਮਨਾਇਆ ਜਾਵੇ। ਅੱਛਾ, ਹੋਰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਲੜਕੀਆਂ ਨੂੰ ਜਾਂ ਵੀਰਾਂ ਨੂੰ, ਫੈਮਿਲੀਆਂ ਨੂੰ? ਇਹੀ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ 'ਚ ਵੀ ਕੋਈ ਵੀ ਟੈਲੈਂਟ ਹੈਗਾ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਵੇ, ਜਿਹਦੇ ਨਾਲ ਕਿ ਸਾਰਿਆਂ ਨੂੰ ਖੁਸ਼ੀ ਹੋਵੇ ਅਤੇ ਸਾਰਿਆਂ ਨੂੰ ਦੇਖਣ ਦਾ ਮੌਕਾ ਮਿਲੇ। ਅੱਜ ਲੋਕੋ ਤੀਆਂ ਦਾ ਜਿਹੜਾ ਦਿਹਾੜਾ ਮਨਾਇਆ ਗਿਆ, ਅਤੇ ਤੁਸੀਂ ਆਪਦੀ ਰਿਸ਼ਤੇਦਾਰੀ ਦੇ ਵਿੱਚ ਹਰ ਸਾਲ ਕਹਿੰਦੇ ਤੀਆਂ ਦੇ ਉੱਤੇ ਉਹਨੇ, ਕਿੱਦਾਂ ਦਾ ਲੱਗਿਆ ਐਰਕੀ, ਕੀ ਵੱਖ ਦੇਖਿਆ ਤੁਸੀਂ ਤੀਆਂ ਦੇ ਵਿੱਚ? ਮੈਨੂੰ ਐਤਕੀ ਥੋੜ੍ਹਾ ਵੱਖ ਲੱਗਿਆ ਗਾ ਵੀ ਐਤਕੀ ਡੀਜੇ ਨਹੀਂ ਚਲਾਇਆ, ਮੈਨੂੰ ਇਹ ਬਹੁਤ ਵਧੀਆ ਚੀਜ਼ ਲੱਗੀ। ਮੈਂ ਪਿਛਲੀ ਵਾਰੀ ਇਹ ਗੱਲ ਉਠਾਈ ਸੀ ਵੀ ਜਿਹੜਾ ਤੀਆਂ ਵਾਂ ਅਤੇ ਤੀਆਂ ਨੂੰ ਤੀਆਂ ਦੇ ਤੌਰ 'ਤੇ ਗਿੱਧਾ ਰੱਖਣਾ ਚਾਹੀਦਾ, ਡੀਜੇ ਦਾ ਮਤਲਬ ਨਹੀਂ ਗਾ ਤੀਆਂ, ਤੀਆਂ ਹੈਗਾ ਗਿੱਧਾ, ਬੋਲੀਆਂ ਅਤੇ ਗਿੱਧਾ ਅਤੇ ਪੰਜਾਬੀ ਸੱਭਿਆਚਾਰ, ਹੈ ਨਾ।
ਹੁਣ ਸਾਡੀ ਬੇਟੀ ਹੈ 9 ਸਾਲ ਦੀ, ਇਹਨੂੰ ਇੱਥੋਂ ਗਿੱਧੇ 'ਚੋਂ ਇੰਨੀਆਂ ਕੁ ਪਿਛਲੇ ਸਾਲ ਅਸੀਂ ਇਹਨੂੰ ਲੈ ਕੇ ਆਏ, ਸਾਨੂੰ 3 ਸਾਲ ਹੋ ਗਏ ਹੁੰਦਿਆਂ ਨੂੰ ਇੱਥੇ। ਮੈਂ ਹਰ ਸਾਲ ਆਉਂਦੀ ਹਾਂ ਅੰਮ੍ਰਿਤਸਰ ਤੋਂ ਇੱਥੇ ਤੀਆਂ 'ਤੇ ਦੇਖਣ, ਮੇਰੀਆਂ ਭੈਣਾਂ ਵਿਆਹੀਆਂ ਹੋਈਆਂ ਇੱਥੇ, ਅਤੇ ਇਹਨੂੰ ਐਤਕੀ ਇਹਨੂੰ ਪੰਜਾਬੀ ਬੋਲੀਆਂ ਬਹੁਤ ਜ਼ਿਆਦਾ ਜ਼ਿਆਦਾ ਗਿੱਧਾ ਹੁੰਦਾ, ਇਹਨੂੰ ਡੀਜੇ 'ਤੇ ਨੱਚਣਾ ਨਹੀਂ ਪਸੰਦ ਗਾ, ਪੰਜਾਬੀ ਗਿੱਧਾ ਪੰਜਾਬੀ ਬੋਲੀਆਂ ਯਾਦ ਹੋ ਗਈਆਂ। ਹੁਣ ਜੇ ਅਸੀਂ ਇੱਦਾਂ ਹੀ ਬੱਚਿਆਂ ਨੂੰ ਗਿੱਧਾ ਸਿਖਾਵਾਂਗੇ ਬੋਲੀਆਂ ਪਾਵਾਂਗੇ ਤਾਂ ਅੱਗੇ ਬੱਚਿਆਂ ਨੂੰ ਆਜੂਗਾ, ਜੇ ਅਸੀਂ ਉਹੀ ਡੀਜੇ 'ਤੇ ਨੱਚੀ ਜਾਵਾਂਗੇ ਡੀਜੇ 'ਤੇ ਲੱਤਾਂ ਬਾਹਾਂ ਮਾਰੀ ਜਾਵਾਂਗੇ ਤਾਂ ਬੱਚਿਆਂ ਨੂੰ ਅੱਗੇ ਪੰਜਾਬੀ ਸੱਭਿਆਚਾਰ ਬਾਰੇ ਕੋਈ ਜਾਣਕਾਰੀ ਨਹੀਂ ਰਹਿਣਗੀ। ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਵੀ ਕਿੱਦਾਂ ਦਾ ਹੋਣਾ? ਮੈਂ ਇਹੀ ਸੰਦੇਸ਼ ਦੇਣਾ ਚਾਹੁੰਦੀ ਹਾਂ ਵੀ ਜਿੱਦਾਂ ਹੁਣ ਇੱਥੇ ਲੋਪੋ 'ਚ ਤੀਆਂ ਸ਼ੁਰੂ ਕੀਤਾ ਭਰਾਵਾਂ ਨੇ, ਵੀ ਭੈਣਾਂ ਦੀ ਖਾਤਰ ਸ਼ੁਰੂ ਕੀਤੀਆਂ ਮੈਂ ਤੀਆਂ, ਵੀ ਭੈਣਾਂ ਦੀਆਂ ਖੁਸ਼ੀਆਂ, ਵੀ ਭੈਣਾਂ ਖੁਸ਼ੀ ਮਾਨਣ, ਇੱਦਾਂ ਹੀ ਹਰ ਇੱਕ ਪਿੰਡ ਦੇ ਭਰਾਵਾਂ ਨੂੰ ਸੋਚਣਾ ਚਾਹੀਦਾ ਭੈਣਾਂ ਦੀ ਖਾਤਰ, ਵੀ ਸਾਡੀਆਂ ਭੈਣਾਂ ਨੂੰ ਆ ਥੋੜ੍ਹੇ ਜਿਹੇ ਦਿਨ ਹੀ ਅਸੀਂ ਖੁਸ਼ੀਆਂ ਦੇ ਸਕੀਏ, ਕਿਉਂਕਿ ਭੈਣਾਂ ਕੋਲ ਤਾਂ ਆਹੀ ਦਿਨ ਹੁੰਦੇ ਆ ਇਕੱਠੀਆਂ ਹੋ ਕੇ ਖੁਸ਼ੀਆਂ ਸਾਂਝੀਆਂ ਕਰਨ ਦੇ, ਬਾਕੀ ਦਿਨ ਤਾਂ ਘਰਾਂ ਦੇ ਵਿੱਚੋਂ ਨਿਕਲਿਆ ਹੀ ਨਹੀਂ ਜਾਂਦਾ, ਘਰਾਂ ਦੇ ਵਿੱਚ ਘਰਾਂ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਵੀ ਨਹੀਂ ਨਿਕਲਿਆ ਜਾਂਦਾ, ਜੇ ਆਉਂਦੇ ਵੀ ਹਾਂ ਅਤੇ ਆਪਣੇ ਘਰ 'ਚੋਂ ਦੇ ਵਿੱਚ ਪੇਕਿਆਂ ਦੇ ਘਰ ਆਉਂਦੇ ਹਾਂ, ਆਣ ਕੇ ਮਿਲ ਕੇ ਮੁੜ ਜਾਂਦੇ ਹਾਂ, ਹੋਰ ਭੈਣ ਭਾਈਆਂ ਨੂੰ ਤਾਂ ਮਿਲਿਆ ਹੀ ਨਹੀਂ ਜਾਂਦਾ। ਇਹ ਤੀਆਂ ਦੇ ਦਿਨ ਹੁੰਦੇ ਜਦੋਂ ਸਾਰੇ ਇੱਕ ਦੂਜੇ ਨੂੰ ਮਿਲ ਲੈਂਦੇ ਹਾਂ, ਸਾਰੇ ਰਿਸ਼ਤੇਦਾਰ ਇਕੱਠੇ ਹੋ ਲੈਂਦੇ, ਪਿੰਡ ਦੀਆਂ ਕੁੜੀਆਂ ਸਾਰੀਆਂ ਸਾਂਝੀਆਂ ਮਿਲ ਕੇ ਸਾਰੇ ਇਕੱਠੇ ਹੋ ਕੇ ਆਪਦੇ ਦੁੱਖ ਸੁੱਖ ਵੰਡ ਲੈਂਦੇ ਹਾਂ। ਇਹ ਭਰਾਵਾਂ ਵਾਸਤੇ ਇਹਨਾਂ ਨੇ ਵਾਸਤੇ ਇੱਦਾਂ ਇਹਨਾਂ ਭਰਾਵਾਂ ਤੋਂ ਸਾਰੇ ਭਰਾਵਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ, ਸਾਰੇ ਪਿੰਡ ਵਾਲਿਆਂ ਨੂੰ ਵੀ, ਅਸੀਂ ਆਪਦੀਆਂ ਭੈਣਾਂ ਖਾਤਰ ਅਸੀਂ ਵੀ ਸਾਰਿਆਂ ਨੂੰ ਕਰ ਸਕੀਏ, ਵੀ ਸਾਡੀਆਂ ਭੈਣਾਂ ਵੀ ਸਾਡੇ 'ਤੇ ਮਾਣ ਕਰਨ ਜਿੱਦਾਂ ਇਹਨਾਂ ਭਰਾਵਾਂ 'ਤੇ ਇਹ ਭੈਣਾਂ ਮਾਣ ਕਰਦੇ। ਆਵਾਜ਼ੀ ਕੌਮ ਟੀਵੀ ਦੀ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ।